ਸਤਿ ਸ਼੍ਰੀ ਅਕਾਲ ਦੋਸਤੋ, ਡ੍ਰੀਮ ਵਰਲਡ ਟੈਕਨੋਲੋਜੀ ਯੂਟਿਊਬ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਸੀਸੀਟੀਵੀ ਰਿਗਾਰਡਿੰਗ ਗੱਲ ਕਰਾਂਗੇ। ਅੱਜ ਦਾ ਆਪਣਾ ਟੌਪਿਕ ਹੈ ਕਿ ਸੀਸੀਟੀਵੀ ਦੇ ਵਿੱਚ ਜਿਹੜਾ ਡੀਵੀਆਰ ਹੈ ਉਹ ਕਈ ਵਾਰ ਹਾਰਡ ਡਿਸਕ ਸਪੋਰਟ ਨਹੀਂ ਕਰਦਾ, ਇਹਦਾ ਕੀ ਰੀਜ਼ਨ ਹੋ ਸਕਦਾ ਹੈ। ਉਸ ਤੋਂ ਪਹਿਲਾਂ ਮੇਰੇ ਸਾਰੇ ਵੀਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। ਸੋ ਅੱਜ ਆਪਾਂ ਸੀਸੀਟੀਵੀ ਰਿਗਾਰਡਿੰਗ ਵੀਡੀਓ ਸ਼ੁਰੂ ਕਰ ਰਹੇ ਹਾਂ। ਸੀਸੀਟੀਵੀ ਦੇ ਵਿੱਚ ਕਈ ਤਰ੍ਹਾਂ ਦੀ ਆਪਾਂ ਨੂੰ ਦਿੱਕਤ ਆ ਜਾਂਦੀ। ਕੀ ਹੁੰਦਾ ਕਿ ਕਈ ਵਾਰ ਆਪਣੀ ਹਾਰਡ ਡਿਸਕ ਜਿਹੜਾ ਡੀਵੀਆਰ ਸਪੋਰਟ ਨਹੀਂ ਕਰਦਾ। ਇਹਦੇ ਵਿੱਚ ਦੋ ਕਾਰਨ ਹੋ ਸਕਦੇ ਆ ਹਾਰਡ ਡਿਸਕ ਨਾ ਸਪੋਰਟ ਕਰਨ ਦੇ। ਇੱਕ ਤਾਂ ਕੀ ਹੁੰਦਾ ਕਿ ਜਿਹੜਾ ਆਪਣਾ ਅਡਾਪਟਰ ਹੈ, ਪਾਵਰ ਅਡਾਪਟਰ, ਇਹ ਕੀ ਹੁੰਦਾ ਕਿ ਇਹ ਕਈ ਵਾਰ ਵੋਲਟੇਜ ਕੱਟ ਦੇਣ ਲੱਗ ਜਾਂਦਾ। ਵੋਲਟੇਜ ਕੱਟ ਮਿਲਣ ਕਰਕੇ ਜਿਹੜੀ ਹਾਰਡ ਡਿਸਕ ਆਪਣੀ ਉਹ ਸਹੀ ਤਰ੍ਹਾਂ ਸਪੋਰਟ ਨਹੀਂ ਹੁੰਦੀ। ਔਰ ਸੈਕਿੰਡ ਆਪਸ਼ਨ ਇਹਦੀ ਹੁੰਦੀ ਹੈ ਕਿ ਇਹਦੇ ਵਿੱਚ ਜਿਹੜੀ ਅੰਦਰੋਂ ਪਾਵਰ ਸਪਲਾਈ ਹਾਰਡ ਡਿਸਕ ਨੂੰ ਮਿਲਦੀ ਪਈ ਹੈ ਉਹ ਮਤਲਬ ਬਹੁਤ ਘੱਟ ਮਿਲਦੀ ਪਈ ਹੈ। ਠੀਕ ਹੈ, ਇਹਦੇ ਵਿੱਚ ਆਪਾਂ ਅੱਜ ਤੁਹਾਨੂੰ ਦੱਸਾਂਗੇ। ਪਹਿਲਾਂ ਤਾਂ ਆਪਣੇ ਕੋਲ ਆਪਸ਼ਨ ਹੈ ਕਿ ਆਪਾਂ ਅਡਾਪਟਰ ਚੇਂਜ ਕਰਕੇ ਦੇਖੀਏ, ਅਗਰ ਨਹੀਂ ਸੋਲਿਊਸ਼ਨ ਹੁੰਦਾ ਤਾਂ ਸੈਕਿੰਡ ਸੋਲਿਊਸ਼ਨ ਹੈ ਕਿ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਖੋਲ੍ਹਣਾ ਪਊਗਾ। ਮੈਂ ਤਾਂ ਆਲਰੇਡੀ ਇਹਦੇ ਸਕਰੂ ਖੋਲ੍ਹ ਰੱਖੇ ਆ, ਤੁਹਾਨੂੰ ਖੋਲ੍ਹ ਕੇ ਦਿਖਾਉਣਾ। ਇਹਦੇ ਵਿੱਚ ਆਹ ਇਹਦਾ ਬੋਰਡ ਹੈ, ਆਪਣੀ ਸਾਟਾ ਕੇਬਲ ਹੈ। ਸਾਟਾ ਕੇਬਲ ਇਹ ਜਿਹੜੀ ਡਾਟਾ ਟ੍ਰਾਂਸਫਰ ਕਰਦੀ ਹੈ। ਠੀਕ ਹੈ ਜੀ, ਆਹ ਆਪਣੀ ਪਾਵਰ ਕੇਬਲ ਹੈ। ਦੋਨੋਂ ਕੇਬਲਾਂ ਪੱਟ ਕੇ ਪਹਿਲਾਂ ਸਾਈਡ ਦੇ ਕੱਢ ਦਿਓ। ਹਾਰਡ ਡਿਸਕ ਨੂੰ ਬਾਹਰ ਕੱਢ ਲਓ, ਹਾਰਡ ਡਿਸਕ ਨੂੰ ਕੋਈ ਝਟਕਾ ਨਾ ਲੱਗੇ, ਕਿਉਂਕਿ ਕਈ ਵਾਰ ਝਟਕਾ ਲੱਗਣ ਕਰਕੇ ਹਾਰਡ ਡਿਸਕ ਆਪਣੀ ਖਰਾਬ ਵੀ ਹੋ ਸਕਦੀ ਹੈ। ਇੱਕ ਚੀਜ਼ ਬੜਾ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਆਪਣਾ ਅਡਾਪਟਰ ਹੋਊਗਾ, ਜਿਹੜਾ ਪਾਵਰ ਅਡਾਪਟਰ ਹੁੰਦਾ, ਇਹ 12 ਵਾਟ 2 ਐਂਪੀਅਰ ਦਾ ਹੋਣਾ ਚਾਹੀਦਾ। ਇਸ ਤੋਂ ਘੱਟ ਐਂਪੀਅਰ ਦਾ ਨਹੀਂ ਹੋਣਾ ਚਾਹੀਦਾ। ਘੱਟ ਐਂਪੀਅਰ ਮਿਲਣ ਕਰਕੇ ਹੀ ਹਮੇਸ਼ਾ ਹਾਰਡ ਡਿਸਕ ਆਪਣੀ ਜਿਹੜੀ ਹੈ ਜੈਕ ਆਪਾਂ ਪੱਟ ਦਿੱਤਾ ਆ। ਆ ਹੁਣ ਜਿਹੜੀ ਪਾਵਰ ਕੇਬਲ ਹੈ ਇਹਨੂੰ ਸਿੱਧੀਆਂ ਤਾਰਾਂ ਕੱਟ ਕੇ ਆਪਾਂ ਸੋਲਡਰਿੰਗ ਕਰ ਦੇਣੀ ਹੈ। ਆ ਜਿਹੜੀਆਂ ਤਾਰਾਂ ਲਾਣੀਆਂ ਇਹ ਜਿਸ ਹਿਸਾਬ ਨਾਲ ਜੈਕ ਦੀਆਂ ਤਾਰਾਂ ਲੱਗੀਆਂ ਹੋਈਆਂ ਸੀ ਉਸ ਹਿਸਾਬ ਨਾਲ ਆਪਾਂ ਕੱਟ ਕੇ ਤਾਰਾਂ ਉੱਥੇ ਉੱਥੇ ਸੋਲਡਰਿੰਗ ਕਰ ਦੇਣੀ ਹੈ। ਕੋਈ ਵੀ ਵਿੱਚ ਫਾਲਤੂ ਤਾਰ ਐਡ ਨਹੀਂ ਕਰਨੀ। ਇਹ ਆਪਣੀ ਸੋਲਡਰਿੰਗ ਹੋ ਗਈ ਹੈ। ਇਸ ਤੋਂ ਬਾਅਦ ਜਿਵੇਂ ਇਹਨੂੰ ਡੀਵੀਆਰ ਦੇ ਬੋਰਡ ਨੂੰ ਆਪਾਂ ਖੋਲ੍ਹਿਆ ਸੀ ਉਸ ਹਿਸਾਬ ਨਾਲ ਫਿਟਿੰਗ ਕਰਕੇ ਕੰਮ ਆਪਣਾ ਹੋ ਗਿਆ। ਚਾਰੇ ਸਕਰੂ ਲਾ ਦਿਓ ਉੱਥੇ। ਆਹ ਜੈਕ ਆਪਾਂ ਪੱਟ ਦਿੱਤਾ ਆ। ਆ ਹੁਣ ਜਿਹੜੀ ਪਾਵਰ ਕੇਬਲ ਹੈ ਇਹਨੂੰ ਸਿੱਧੀਆਂ ਤਾਰਾਂ ਕੱਟ ਕੇ ਆਪਾਂ ਸੋਲਡਰਿੰਗ ਕਰ ਦੇਣੀ ਹੈ। ਆ ਜਿਹੜੀਆਂ ਤਾਰਾਂ ਲਾਣੀਆਂ ਇਹ ਜਿਸ ਹਿਸਾਬ ਨਾਲ ਜੈਕ ਦੀਆਂ ਤਾਰਾਂ ਲੱਗੀਆਂ ਹੋਈਆਂ ਸੀ ਉਸ ਹਿਸਾਬ ਨਾਲ ਆਪਾਂ ਕੱਟ ਕੇ ਤਾਰਾਂ ਉੱਥੇ ਉੱਥੇ ਸੋਲਡਰਿੰਗ ਕਰ ਦੇਣੀ ਹੈ। ਕੋਈ ਵੀ ਵਿੱਚ ਫਾਲਤੂ ਤਾਰ ਐਡ ਨਹੀਂ ਕਰਨੀ। ਇਹ ਆਪਣੀ ਸੋਲਡਰਿੰਗ ਹੋ ਗਈ ਹੈ। ਇਸ ਤੋਂ ਬਾਅਦ ਜਿਵੇਂ ਇਹਨੂੰ ਡੀਵੀਆਰ ਦੇ ਬੋਰਡ ਨੂੰ ਆਪਾਂ ਖੋਲ੍ਹਿਆ ਸੀ ਉਸ ਹਿਸਾਬ ਨਾਲ ਫਿਟਿੰਗ ਕਰਕੇ ਕੰਮ ਆਪਣਾ ਹੋ ਗਿਆ। ਚਾਰੇ ਸਕਰੂ ਲਾ ਦਿਓ ਉੱਥੇ। ਆਪਾਂ ਹੁਣ ਡਾਇਰੈਕਟ ਕਰ ਦਿੱਤਾ ਇਹਨੂੰ। ਇਸ ਤੋਂ ਬਾਅਦ ਆਪਾਂ ਅਡਾਪਟਰ ਨੂੰ ਜਿਹੜਾ ਪਾਵਰ ਦਿੰਦੇ ਹਾਂ। ਪਾਵਰ ਦੇਣ ਤੋਂ ਬਾਅਦ ਇਹਨੂੰ ਸਪਲਾਈ ਦੇ ਕੇ ਆਪਾਂ
सप्लाई दिने हैं। सप्लाई देने तो बाद जो डीवीआर अपना ऑन हो गया है, अपनी जी हार्ड डिस्क है चक ली है।